ਦੋਸਤੋ ਇਸ ਵੀਡੀਓ ਚ ਆਪਾਂ ਗੱਲਬਾਤ ਕਰ ਲੈਣੀ ਆ ਆਟੋ ਸੇਲਸ ਬਾਰੇ ਆਟੋ ਸੇਲ ਜਿਹੜੀਆਂ ਅਕਤੂਬਰ 2024 ਦੇ ਵਿੱਚ ਗੱਡੀਆਂ ਸੇਲ ਹੋਈਆਂ ਨੇ ਉਹਨਾਂ ਬਾਰੇ ਡਿਟੇਲ ਚ ਗੱਲਬਾਤ ਕਰਾਂਗੇ ਸੋ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਹੈਗਾ ਦੂਸਰਾ ਡਿਸਕਾਊਂਟ ਮੋٹے ਦੇ ਰਹੀਆਂ ਕੰਪਨੀਆਂ ਵੈਸੇ ੱਤਪੜ ਰੋਲੇ ਪਏ ਆ ਸਾਰੀਆਂ ਕਾਰ ਕੰਪਨੀਆਂ ਦੇ ਉਹਦੇ ਕਰਕੇ ਵੀ ਸੇਲ ਇਸ ਵਾਰ ਬੜੀ ਹੈਰਾਨ ਕਰਨ ਵਾਲੀ ਆ ਸਭ ਤੋਂ ਤਗੜੀ ਗੱਲ ਆ ਮਹਿੰਦਰਾ ਇੰਨੀ ਜ਼ਿਆਦਾ ਗ੍ਰੋਥ ਕਰ ਰਹੀ ਆ ਮਹਿੰਦਰਾ ਨੇ ਵਕਤ ਪਾ ਦਿੱਤਾ ਹੁੰਡਾਈ ਨੂੰ ਟਾਟਾ ਨੂੰ ਟਾਟਾ ਦੇਖੋ ਕਈ ਵਾਰੀ ਦੂਸਰੇ ਨੰਬਰ ਤੇ ਵੀ ਆ ਗਈ ਹੈ ਤੀਸਰੇ ਨੰਬਰ ਤੇ ਤੇ ਰਹਿੰਦੀ ਰਹਿੰਦੀ ਹੈ ਹੁਣ ਸਿਚੁਏਸ਼ਨ ਇਦਾਂ ਦੀ ਆਉਣ ਵਾਲੀ ਹੈ ਮਹੀਨੇ ਦੋ ਮਹੀਨਿਆਂ ਤੱਕ ਇੰਡੀਆ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮਹਿੰਦਰਾ ਬਣ ਜਾ ਰਹੀ ਹੈ ਤੇ ਟਾਟਾ ਜਿਹੜੀ ਹੈ ਉਹ ਚੌਥੇ ਨੰਬਰ ਤੇ ਆ ਗਈ ਹੈ ਔਰ ਫਰਕ ਸੇਲ ਦਾ ਫਰਕ ਥੋੜਾ ਥੋੜਾ ਹੀ ਰਹਿੰਦਾ ਪਰ ਉਹਦੇ ਨਾਲ ਹੀ ਜਿਹੜੀਆਂ ਪੋਜੀਸ਼ਨਾਂ ਬਦਲ ਜਾਂਦੀਆਂ ਸੋ ਡਿਟੇਲ ਇਸ ਵੀਡੀਓ 'ਚ ਗੱਲਬਾਤ ਕਰਦੇ ਆ 14ਵੇਂ ਨੰਬਰ ਤੇ ਹੈ ਜੀਪ ਜੀਪ ਨੇ ਵੇਚੀਆਂ ਜੀ ਅਕਤੂਬਰ ਦੇ ਵਿੱਚ 424 ਗੱਡੀਆਂ ਸਤੰਬਰ 'ਚ ਇਹਨਾਂ ਨੇ ਵੇਚੀਆਂ ਸੀ 365 ਗੱਡੀਆਂ ਸਟਰਨ ਆ ਗਈ ਜੀ 13ਵੇਂ ਨੰਬਰ ਤੇ 717 ਗੱਡੀਆਂ ਅਕਤੂਬਰ 'ਚ ਸਤੰਬਰ ਦੇ ਵਿੱਚ 711 ਗੱਡੀਆਂ ਸਟਰਨ ਜ਼ੋਰ ਤੇ ਬੜਾ ਲਾ ਰਿਹਾ ਹੈ ਪਰ ਇੰਡੀਅਨ ਲੋਕਾਂ ਨੂੰ ਹਜੇ ਤੱਕ ਇਹਨਾਂ ਦੀਆਂ ਗੱਡੀਆਂ ਪਸੰਦ ਨਹੀਂ ਆਈਆਂ ਨਿਸਾਨ ਕੋਲ ਇੱਕੋ ਹੀ ਗੱਡੀ ਹੈ ਇਸੇ ਕਰਕੇ 12ਵੇਂ ਨੰਬਰ ਤੇ ਹੈ 3121 ਗੱਡੀਆਂ ਅਕਤੂਬਰ ਦੇ ਵਿੱਚ ਵੇਚੀਆਂ ਸਤੰਬਰ ਚ ਇਹਨਾਂ ਨੇ 2113 ਗੱਡੀਆਂ ਕੁੱਲ ਸੇਲ ਕੀਤੀਆਂ ਸੀਗੀਆਂ ਨਿਸਾਨ ਮੈਗਨੇਟ ਦੇ ਸਿਰ ਤੇ ਕੰਮ ਕਰਨ ਡਿਆ ਇੰਡੀਆ ਦੇ ਵਿੱਚ ਬਾਕੀ ਇੱਕ ਗੱਡੀ ਹੋਰ ਆਈ ਆ ਉਹਨੂੰ ਕੋਈ ਨਹੀਂ ਪੁੱਛਦਾ ਮਹਿੰਗੀ ਬਹੁਤ ਜ਼ਿਆਦਾ 11ਵੇਂ ਨੰਬਰ ਤੇ ਜੀ ਰੈਨੋ 3870 ਗੱਡੀਆਂ ਕੁੱਲ ਵੇਚੀਆਂ ਅਕਤੂਬਰ ਚ ਸਤੰਬਰ ਚ 3301 ਗੱਡੀਆਂ ਇਹਨਾਂ ਨੇ ਵੇਚੀਆਂ ਆਲ ਇੰਡੀਆ ਸਾਰੇ ਮਹੀਨੇ ਦੇ ਵਿੱਚ 10ਵੇਂ ਨੰਬਰ ਤੇ ਜੀ ਸਕੋਡਾ ਵਧੀਆ ਗੱਡੀਆਂ ਨੇ 5 ਸਟਾਰ ਰੇਟਿੰਗ ਦੇ ਨਾਲ ਆਉਂਦੀਆਂ 4080 ਗੱਡੀਆਂ ਅਕਤੂਬਰ ਚ ਵੇਚੀਆਂ ਸਤੰਬਰ ਦੇ ਵਿੱਚ ਇਹਨਾਂ ਨੇ ਵੇਚੀਆਂ ਜੀ 3301 ਗੱਡੀਆਂ 9ਵੇਂ ਨੰਬਰ ਤੇ ਹੈਗੀ ਵਾਕਸ ਵੈਗਨ ਸੇਮ ਗੱਡੀਆਂ ਨੇ ਥੋੜਾ ਜਿਹਾ ਫਰਕੇ ਸ਼ਕਲਾਂ ਦੇ ਵਿੱਚ ਵਾਕਸ ਵੈਗਨ ਨੇ ਸੇਲ ਕੀਤੀਆਂ 4458 ਗੱਡੀਆਂ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ 3395 ਗੱਡੀਆਂ 8ਵੇਂ ਨੰਬਰ ਤੇ ਜੀ Honda 5546 ਗੱਡੀਆਂ ਆਲ ਇੰਡੀਆ ਦੇ ਵਿੱਚ ਸੇਲ ਕੀਤੀਆਂ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ 5665 ਗੱਡੀਆਂ ਵੇਚੀਆਂ ਸੀ ਔਰ 7ਵੇਂ ਨੰਬਰ ਤੇ ਜੀ MG MG ਦੀ ਅੱਗੇ ਸੇਲ ਬਹੁਤ ਜ਼ਿਆਦਾ ਵਧੇਗੀ ਫਿਲਹਾਲ ਇਹਨਾਂ ਨੇ ਅਕਤੂਬਰ ਦੇ ਵਿੱਚ 7045 ਗੱਡੀਆਂ ਸੇਲ ਕੀਤੀਆਂ ਸਤੰਬਰ ਦੇ ਵਿੱਚ 4588 ਗੱਡੀਆਂ ਸੇਲ ਕੀਤੀਆਂ ਦੇਖੋ 1 ਮਹੀਨੇ ਦੇ ਵਿੱਚ ਹੀ ਸੇਲ ਦਾ ਕਿੰਨਾ ਫਰਕ ਪੈ ਗਿਆ 22000 ਗੱਡੀ MG ਦੀ ਵੱਧ ਸੇਲ ਹੋਈ ਹੈ ਤੇ ਅੱਗੇ ਵਿੰਡਸਰ ਦੀਆਂ ਡਿਲੀਵਰੀਆਂ ਬਹੁਤ ਫਾਸਟ ਚੱਲ ਰਹੀਆਂ ਹੋਰ ਜ਼ਿਆਦਾ ਵਧ ਜਾਣੀ 10000 ਤੱਕ ਸੇਲ ਹੋ ਸਕਦੀ ਹੈ ਮਹੀਨੇ ਦੋ ਮਹੀਨੇ ਤੱਕ 6ਵੇਂ ਨੰਬਰ ਤੇ ਆ ਗਈ ਜੀ ਕੀ ਆ 22753 ਗੱਡੀਆਂ ਕੁੱਲ ਸੇਲ ਕੀਤੀਆਂ ਨੇ ਅਕਤੂਬਰ ਦੇ ਵਿੱਚ ਸਤੰਬਰ ਚ ਇਹਨਾਂ ਨੇ ਵੇਚੀਆਂ 22523 ਗੱਡੀਆਂ ਤਕਰੀਬਨ ਬਰਾਬਰ ਬਰਾਬਰ ਸੇਲ ਆ 5ਵੇਂ ਨੰਬਰ ਤੇ ਜੀ ਟੋਇਟਾ ਟੋਇਟਾ ਨੇ ਬੜੀ ਤਗੜੀ ਛਾਲ ਮਾਰੀ ਆ ਅਕਤੂਬਰ ਚ ਵੇਚੀਆਂ ਜੀ 28138 ਗੱਡੀਆਂ ਸਤੰਬਰ ਚ ਇਹਨਾਂ ਨੇ ਵੇਚੀਆਂ ਸੀ 23802 ਗੱਡੀਆਂ ਹੁਣ ਆ ਜੀਏ ਜੀ ਟਾਟਾ ਵੱਲ ਟਾਟਾ ਨੇ ਵੀ ਬੜੀ ਤਗੜੀ ਛਾਲ ਮਾਰੀ ਆ ਟਾਟਾ ਕਰਵ ਦੀ ਡਿਲੀਵਰੀ ਸਟਾਰਟ ਹੋਈ ਹੈ ਨਾਲ ਦੇ ਨਾਲ ਸੇਲ ਬੂਸਟ ਹੋ ਗਈ ਸੇਲ ਚੜ ਗਈ ਤਾਂ 48133 ਗੱਡੀਆਂ ਵੇਚੀਆਂ ਅਕਤੂਬਰ ਦੇ ਵਿੱਚ ਸਤੰਬਰ ਚ ਇਹਨਾਂ ਨੇ ਵੇਚੀਆਂ ਹੀ 41000 ਤੇ 65 ਗੱਡੀਆਂ ਤਕਰੀਬਨ 7000 ਗੱਡੀਆਂ ਟਾਟਾ ਨੇ ਵੱਧ ਸੇਲ ਕੀਤੀਆਂ ਇੱਕ ਮਹੀਨੇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਮਹਿੰਦਰਾ ਦੀ ਗੱਲ ਕਰ ਲਈਏ ਜਿਹੜੇ 30000 ਗੱਡੀਆਂ ਤੋਂ ਸਿੱਧਾ ਹੀ ਇਸ ਟਾਈਮ 54000 ਤੇ ਆ ਗਈ ਆ ਮਹਿੰਦਰਾ ਨੇ ਅਕਤੂਬਰ 2024 ਚ ਵੇਚੀਆਂ 54000 ਤੇ 504 ਗੱਡੀਆਂ ਸਤੰਬਰ ਚ ਇਹਨਾਂ ਨੇ ਵੇਚੀਆਂ 51000 ਤੇ 62 ਗੱਡੀਆਂ ਇੱਕ ਮਹੀਨੇ ਦੇ ਵਿੱਚ ਹੀ ਤਕਰੀਬਨ 33500 ਗੱਡੀ ਦਾ ਫਰਕ ਪੈ ਗਿਆ ਇਹਦੇ ਨਾਲ ਪੋਜੀਸ਼ਨ ਇਹਦੀ ਬਹੁਤ ਸਟਰੋਂਗ ਬਣ ਚੁੱਕੀ ਹੈ ਤੀਸਰੇ ਨੰਬਰ ਤੇ ਔਰ ਗਰੰਟੀ ਹੈ ਮਹੀਨੇ ਤੱਕ ਇਹ ਦੂਜੇ ਨੰਬਰ ਤੇ ਆ ਜਾਊਗੀ ਉਹਦਾ ਕਾਰਨ ਕੀ ਹੈ ਕਿ ਹੁੰਡਾਈ ਨੇ ਵੇਚੀਆਂ ਦੂਸਰੇ ਨੰਬਰ ਤੇ ਰਹਿ ਕੇ 55000 ਤੇ 568 ਗੱਡੀਆਂ ਇਹਨਾਂ ਨੇ ਵੇਚੀਆਂ 54504 ਗੱਡੀਆਂ ਮਹਿੰਦਰਾ ਨੇ ਸੋ ਦੇਖੋ ਫਰਕ ਤੁਹਾਡੇ ਸਾਹਮਣੇ ਬਹੁਤ ਨਾ ਮਾਤਰ ਫਰਕ ਆ ਸੋ ਅਕਤੂਬਰ ਦੇ ਵਿੱਚ ਹੁੰਡਾਈ 55568 ਗੱਡੀਆਂ ਸਤੰਬਰ ਦੇ ਵਿੱਚ 51000 ਤੇ 1 ਗੱਡੀ ਇਹਨਾਂ ਨੇ ਕੁੱਲ ਸੇਲ ਕੀਤੀ ਹੈ ਆਲ ਇੰਡੀਆ ਦੇ ਵਿੱਚ ਸੋ ਪਹਿਲੇ ਨੰਬਰ ਤੇ ਆ ਹਰ ਵਾਰ ਦੀ ਤਰ੍ਹਾਂ ਮਰੂਤੀ ਸੁਜ਼ੂਕੀ ਜਿਨੇ ਬਹੁਤ ਤਗੜੀ ਗਰੋਥ ਕੀਤੀ ਆ 1,69,159591 ਗੱਡੀਆਂ ਕੁੱਲ ਸੇਲ ਕੀਤੀਆਂ ਔਰ ਸਤੰਬਰ ਦੇ ਵਿੱਚ 144000 ਤੇ 962 ਗੱਡੀਆਂ ਇਹਨਾਂ ਨੇ ਕੁੱਲ ਸੇਲ ਕੀਤੀਆਂ ਸੀ ਆਲ ਇੰਡੀਆ ਦੇ ਵਿੱਚ ਸੋ ਇਹ ਸੀਗੀ ਸੇਲ ਰਿਪੋਰਟ ਅਕਤੂਬਰ 2024 ਦੀ ਤੇ ਮਿਲਦੇ ਆਂ ਫੇਰ ਨਵੀਂ ਵੀਡੀਓ ਦੇ ਨਾਲ ਧੰਨਵਾਦ